ਗੈਂਗਸਟਰਾਂ ਤੇ ਤਸਕਰਾਂ ਤੇ ਨਕੇਲ ਕਸਣ ਲਈ ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਖੰਨਾ ਦੇ ਪੁਲਿਸ ਦਫ਼ਤਰ ਵਿਖੇ ਪਹੁੰਚੇ, ਜਿੱਥੇ ਉਹਨਾਂ ਪੁਲਿਸ ਦਫ਼ਤਰ ਸੁਰਜੀਤ ਸਿੰਘ ਵੱਲੋਂ ਨਸ਼ਾ ਤਸਕਰਾਂ ਖਿਲਾਫ ਇਕੱਲੇ ਹੀ 80 FIR ਦਰਜ ਕਰਾਉਣ ਤੇ ਟਾਰਗੇਟ ਕਿਲਿੰਗ ਮਾਮਲੇ ਵਿੱਚ ਸਹਿਯੋਗ ਦੇਣ ਤੇ ਸਨਮਾਨਿਤ ਕਰਦੇ ਹੋਏ ਸੁਰਜੀਤ ਸਿੰਘ ਨੂੰ ਸਬ ਇੰਸਪੈਕਟਰ ਬਣਾਇਆ ਗਿਆ। ਇਸ ਮੌਕੇ ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਪੁਲਿਸ ਵਿੱਚ ਸੈਪਰੇਸ਼ਨ ਆਫ ਇਨਵੈਸਟੀਗੇਸ਼ਨ ਤੇ ਲਾਅ ਐਂਡ ਆਰਡਰ ਤੇ ਕੰਮ ਕਰ ਰਹੀ ਹੈ, ਜਿਸ ਤੇ ਆਉਣ ਵਾਲੇ ਸਮੇਂ ਵਿੱਚ 400 ਵਕੀਲ ਅਤੇ 400 ਫੋਰੈਂਸਿਕ ਐਕਸਪਰਟ ਭਰਤੀ ਕੀਤੇ ਜਾਣਗੇ। ਉਹਨਾਂ ਕਿਹਾ ਕਿ ਪੰਜਾਬ ਇੱਕ ਮਾਤਰ ਅਜਿਹਾ ਰਾਜ ਹੋਏਗਾ ਜਿੱਥੇ ਹਰ ਇੱਕ ਪੁਲਿਸ ਸਟੇਸ਼ਨ ਤੇ ਇੱਕ ਵਕੀਲ ਅਤੇ ਇੱਕ ਫੋਰੈਂਸਿਕ ਐਕਸਪਰਟ ਮੌਜੂਦ ਹੋਏਗਾ, ਜਿਸ ਰਾਹੀਂ ਕੋਈ ਵੀ ਅਪਰਾਧੀ ਬਚ ਨਹੀਂ ਸਕੇਗਾ। ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਟੇਟ ਇੱਕ ਐਸੀ ਸਟੇਟ ਹੋਏਗੀ ਕੰਟਰੀ ਦੇ ਵਿੱਚ ਜਿਹਦੇ ਵਿੱਚ ਅਸੀਂ 400 ਵਕੀਲ ਐਡਵੋਕੇਟ ਔਰ 400 ਕੇ ਤਕਰੀਬਨ ਅਸੀਂ ਫੋਰੈਂਸਿਕ ਆਫਿਸਰ ਅਸੀਂ ਮਤਲਬ ਭਰਤੀ ਕਰਨ ਜਾ ਰਹੇ ਹਾਂ, ਜਿਹੜੇ ਕਿ ਹਰ ਪੁਲਿਸ ਸਟੇਸ਼ਨ ਲੈਵਲ ਦੇ ਉੱਤੇ ਇੱਕ ਵਕੀਲ ਅਤੇ ਇੱਕ ਫੋਰੈਂਸਿਕ ਆਫਿਸਰ ਅਵੇਲੇਬਲ ਹੋਏਗਾ। ਉਹਦੇ ਨਾਲ ਜਿਹੜੀ ਕੇਸ ਇਨਵੈਸਟੀਗੇਸ਼ਨ ਹੈਗੀ ਜਾਂ ਕੁਲੈਕਸ਼ਨ ਆਫ ਐਵੀਡੈਂਸ ਹੈ ਜਾਂ ਲੀਗਲ ਜਿਹੜੇ ਇਸ਼ੂਜ਼ ਹੈਗੇ ਉਹ ਉਸੇ ਸਟੇਜ ਤੋਂ ਇਨਵੈਸਟੀਗੇਸ਼ਨ ਦੇ ਨਾਲ ਚੱਲਣਗੇ ਤਾਂ ਕਿ ਜਿਹੜਾ ਕੇਸਾਂ ਦੀ ਐਕੁਇਟਲ ਹੁੰਦੀ ਹੈ ਉਹ ਘੱਟ ਤੋਂ ਘੱਟ ਹੋਵੇ। ਇਹ ਸਾਡੀ ਸਟੇਟ ਦੇ ਵਿੱਚ ਇਨਫੈਕਟ ਰੂਲ ਸਾਡੇ ਬਣ ਗਏ ਹੈ ਔਰ ਬਹੁਤ ਜਲਦੀ ਹੀ ਸਰਕਾਰ ਤੋਂ ਸਾਨੂੰ ਅਪਰੂਵਲ ਮਿਲਣ ਵਾਲੀ ਹੈ।